चल चंगा मैं लोड चक लिया फिर चल चंगा वो जाके नहा नू लई मेरा फिर ओके अंदर ही रहो यार जट दे नी रौला रप्पा खत्म कर नी आउंदे आ लो भी मेरा वीरो लॉग बुक वाला जदों पंगा पै जवे फोन उत्ते यार कोई चंगा कह जवे तभी चल सिद्धुआ हो जाना पैंदा है लोड चकने सौखे नहीं जिन्हां नूं चकन लगे रो दिल तो कुछ सजना असीं जो चेक पॉइंट आ गया इतने ਜਦੋਂ ਆਪਾਂ ਮਕਸੀਕੋ ਦੇ ਬਾਰਡਰ ਕੋਲੋਂ ਲੋੜ ਚੱਕਦੇ ਆ ਨਾ ਲਰੇਡੋ ਦੇ ਫਿਰ ਉੱਥੇ ਵਿਚਾਲੇ ਪੈਂਦਾ ਆ ਇਨਸਪੈਕਸ਼ਨ ਸਟੇਸ਼ਨ ਇੱਥੇ ਗੱਡੀਆਂ ਟਰੱਕ ਸਾਰਾ ਕੁਛ ਇਹਨਾਂ ਨੇ ਆਲ ਕਲੀਅਰ ਕਰਕੇ ਕੱਢਣਾ ਕੰਮ ਡਾਇਨਡ ਮੈਟਰ ਆ ਡਾਇਨ ਮੈਟਰ ਯੂ ਗਾਟਾ ਡੂ ਵਟ ਯੂ ਗਾਟਾ ਡੂ ਉਹ ਟਰੱਕ ਜਿਹੜੇ ਸੱਜੇ ਹੱਥ ਖੜੇ ਨਾ ਉਹ ਡਿਟੇਨ ਕੀਤੇ ਹੋਏ ਆ ਇਹਨਾਂ ਨੇ ਉਹ ਸੱਜੇ ਹੱਥ ਜਿਹੜੇ ਖੜੇ ਨੇ ਨਸ਼ੇ ਨੁਸ਼ੇ ਪੱਤੇ 'ਚ ਚੱਕ ਲਏ ਹੋਣਗੇ ਇਹੀ ਕੁਛ ਆ ਪ੍ਰਦੇਸ਼ਾਂ 'ਚ ਹੋਰ ਇੱਥੇ ਕੀ ਲਿਖਿਆ ਨਾ ਦਾ ਲਰੇਡੋ ਸੈਕਟਰ ਡੋਂਟ ਬਿਕਮ ਅ ਨੰਬਰ ਟੋਟਲ ਸੀ ਡੀ ਐਲ 688 ਲਸਾਂਸ ਇਹਨਾਂ ਨੇ ਰਫਾ ਦਫਾ ਕੀਤੇ ਨੇ 688 ਮੇਰੇ ਵੀਰੋ 6 ਗਾ ਡੈਮ ਕੰਮ ਕੀਤਾ ਹੈ ਨਾ
ਬੜਾ ਸ਼ੱਕ ਹੁੰਦਾ ਫਿਰ ਇਹਨਾਂ ਨੂੰ ਇੱਥੇ ਸਕੈਨ ਕਰਦੇ ਆ ਐਕਸਰੇ ਵਾਲੀ ਮਸ਼ੀਨ ਹੈ ਇਹਦੇ ਵਿੱਚ ਦੀ ਟਰੱਕ ਕੱਢਦੇ ਆ ਫਿਰ ਕਹਿੰਦੇ ਆ ਚੱਕ ਲਓ ਧਰ ਲਓ ਇੱਧਰ ਗੱਡੀਆਂ ਰੋਕਦੇ ਨੇ ਉਹ ਇੱਕ ਗੱਡੀ ਲਾਈ ਹੋਈ ਹੈ ਚਾਰਜਰ ਉਹ ਬੇ ਦੇ ਵਿੱਚ ਖੜਾ ਹੈ ਗੱਡੀ ਦੇ ਕੋਲ ਇਹਨਾਂ ਨੂੰ ਲੈਣ ਕੇ ਲੰਮੇ ਹੱਥੀ ਮੇਰੇ ਵੀਰੇ ਲੰਮੇ ਹੱਥੀ ਲੌਂਗ ਹੈਂਡਸ ਜਿਹਨੂੰ ਕਹਿ ਦਿੰਦੇ ਆਪਾਂ ਸਰਕਾਰਾਂ ਹੀ ਬਕਾਉਂਦੀਆਂ ਨੇ ਚਿੱਟਾ ਤਾਂ ਹੀ ਤਾਂ ਸਰੇਆਮ ਵਿਕਦਾ ਹੈ
ਸੱਜਣ ਵੀ ਕਰਨ ਉਡੀਕਾਂ ਬੈਠੇ ਹੋਏ एक ट्रेलर नू ओ हरे रंग दा पीटे ओने रखिया है बड़ा साम सावे ओने मैनू दस्या नी कुड़िया च गल छिड़ गई फिर भड़की ला जाए कोई गीत
ਪਾਣੀ ਖਾ ਕੇ ਮਿਲਦੇ ਆ ਮੇਰਾ ਵੀਰ ਜਾਨੂੰ ਥੋੜਾ ਜਿਹਾ ਬਾਜਾ ਪੂਜਾ ਖੜਕਾ ਲਈਏ ਆਪਾਂ ਭਾਂਬੜ ਧਸੀਆ ਪਾਈਏ ਥੋੜਾ ਜਿਹਾ ਉਹ ਜਿਹਦੇ ਦਿਲ ਵਿੱਚ ਹੋਵੇ ਚੋਰ ਉਹਦੇ ਲਈ ਨਾ ਮਰੀਏ ਜੇ ਹੋਵੇ ਦਿਲ ਕਮਜ਼ੋਰ ਮੁਹੱਬਤ ਨਾ ਕਰੀਏ ਰਾਤ ਦਿਨ ਤੋਤੇ ਵਾਂਗੂ ਦਿਲ ਨੂੰ ਇਹੋ ਸਿਖਾਈਦਾ ਜੇ ਛੱਡ ਕੇ ਤੁਰ ਜਾਏ ਯਾਰ ਮਗਰ ਨਹੀਂ ਜਾਈਦਾ ਯਾਰ ਦਾ ਮਤਲਬ ਚਰ ਜਾਣਾ ਸਭ ਪੌਂਦੇ ਖੁੱਲੇ ਸਭ ਇਕਰਾਰਾਂ ਨੂੰ ਹੋਏ ਮਰਨ ਵਾਲੇ ਤਾਂ ਜਿਰਲੇ ਨੇ ਸਾ ਗਰਮ ਕਰਨਾ ਭੀੜੀ ਆਗ ਸੀ ਧੀਮੀ ਆਗ ਧਿਆਨ ਰੱਖਣਾ ਅੱਗ ਗਲ ਨੂੰ ਨਾ ਵੇ ਬੰਦ ਹੀ ਹੋ ਗਿਆ ਜੇ ਚੱਲਦਾ ਵਾ ਸਕਰੀਨ ਤੇ ਹੱਥ ਲਾ एक बात याद रखना फ्राई पैन में पानी ना हो नहीं तो सीटे पट जाते हैं तेल को तो गर्म हो जाता है पहला साफ करने का है तीरी आग से कितने खाने थे तीन खाएंगे ये भी जरूरी है डब्बा साथ लेके आना उतला ढक्कन ना मिले कोई प्रॉब्लम नहीं पर नीचे वाला चाहिए देखो एक डाल दिया ਉਹਦਾ ਤਾਂ ਨਾ ਪਾਣੀ ਮਤ ਹੋਣਾ ਦੂਸਰਾ ਡਾਲ ਵੀ ਆ ਆਂਡੇ ਮੈਂ ਥੋੜ੍ਹਾ ਸਾ ਪਾਣੀ ਮੁਰਗੀ ਨੇ ਛੋੜਾ ਹੁਆ ਹੈ ਤੀਸਰਾ ਆਂਡਾ ਹੋ ਗਿਆ ਅਤੇ ਰੱਖ ਦੇਣਾ ਕੜਛੀ ਕੋ ਬੋਲਦੇ ਹੈ ਪੰਜਾਬੀ ਵਿੱਚ ਪੇੜ ਉਹ ਵਕਾ ਹੈ ਉਹ ਆ ਗਈ ਜੇ ਵੀ ਲੱਕੜ ਵਾਲੀ ਲੈਣਾ ਦੂਸਰੀ ਮਿਲਟ ਹੋ ਜਾਂਦੀ ਹੈ ਹਲਕਾ ਹਲਕਾ ਨੂਨ ਮਿਰਚ ਡਾਲਣਾ ਹਲਕਾ ਹਲਕਾ ਧੀਰੀ ਆਗ ਸੀ ਜੇ ਤੁਹਾਡੀ ਮਰਜ਼ੀ ਹੈ ਮਾਰਨਾ ਕਿ ਨਹੀਂ ਮਾਰਨਾ ਜੇ ਆਪ ਦੀ ਸ਼ਰਧਾ ਹੈ ਕਿੰਨਾ ਕੁ ਬਣਾਉਣਾ ਇਤਨਾ ਪਾ ਦਿਓ ਕਿਤਨਾ ਬੀਬੀ ਹਾਈ ਹੋ ਜਾਏ ਥੋੜ੍ਹੀ ਥੋੜ੍ਹੀ ਜਦੋਂ ਸ਼ੇਅਰ ਕੋ ਜੇ ਵਿੰਡੋ ਵੀ ਡਾਊਨ ਡਾਊਨ ਕਰਨੇ ਟਰੱਕ ਮੈਂ ਬਣਾਉਣੇ ਕਿ ਕਰੇ ਹੁੰਦਾ ਤਾਂ ਹੁੱਡ ਚਲਾ ਲੈਂਦੇ ਹਾਂ ਬਚਾ ਲੈ ਨਹੀਂ ਫਰਾਈ ਪੈਨ ਕੇ ਲੂਣ ਮਿਰਚ ਫੇਕਣਾ ਨਹੀਂ ਤਾਂ ਸਿੱਕੇ ਆ ਜਾਂਦੇ ਹੈ ਚਿਕ ਚਿਕ ਇਹ ਮੇਰੀ ਰੇਲ ਗੱਡੀ ਨੱਚਦੀ ਹੈ ਲੈਣ 'ਤੇ ਉਵੇਂ ਮਿੱਤਰਾਂ ਦਾ ਆਂਡਾ ਫਰਾਈ ਪੈਨ ਵਿੱਚ ਬਣ ਗਿਆ ਆਹ ਦੇਖੋ ਜਦੋਂ ਪਲਟਾ ਲਗਾਉਣਾ ਹੈ ਆਲੇ ਦੁਆਲੇ ਦੇਖਣਾ ਹੈ ਫਿਰ ਤੁਸੀਂ ਕਿ ਸ਼ੀਟਾਂ ਨਾ ਪੜ ਜਾਏ ਇਹ ਵੀ ਤਜਰਬਾ ਹੋਣਾ ਚਾਹੀਏ ਦੇਖੋ ਪਲਟਾ ਲਗਾਉਣੇ ਕਾ ਦੇਖੋ ਇਤਨਾ ਖੂਬਸੂਰਤ ਬਣਾਉਣਾ ਆਖੋ ਕੋ ਜਚ ਗਿਆ ਨਾ ਮੇਨ ਬਾਤ ਹੈ ਆਖੋ ਕੋ ਜਚ ਆ ਦੇਖੋ ਮੈਂ ਬੋਲਾ ਤਾ ਨਾ ਧੀਰੀ ਆਗ ਤੇ ਪਕਾਉਣਾ ਉਹ ਨੂਣ ਮਿਰਚ ਪਚਾਲੇ ਡਾਲ ਦੀ ਇਸ ਨੇ ਅਭੀ ਛਿੱਕੇ ਆ ਰਹੀ ਹੈ देखने में खूबसूरत होना चाहिए जो आंखों ने हाँ बोल दिए ना एक बार रगड़ दो तो रगड़ दो जो आंखों ने बोल दिए नो तो नो आंखों में बातों ही बातों में तूने चलाया आ जा माही बल्ले बल्ले बाकी यूट्यूब पर भी देख सकते हैं कि किवें बनाने हैं
एक बात और है, आंटे बनाते पबजी मत खेल, नहीं तो आंटे मच जाते हैं, वहां गोली चलाते हैं जहां आंटों का पुर्जी बन जाता है। इतनी अंडे लेके आना, दो दिन का ब्रेकफास्ट, कल का बाकी है बस। एक ध्यान रखना, ओवर कुक ना होना, इसको बोलते हैं ओवर कुक। रख रहे हैं बस, देखो दूसरी का पार्ट चल पड़ा। इतना डाला हल्का सा, जब तुम अब तुम लोगों के मुंह में पानी आता होगा ना। एक बात बताता हूँ, ये पानी आता है मुंह में, एक गिलास लो, एक घूंट पियो, हमारी रीस मत करो। देखो हम अंडे लेके आए थे सेमे की दुकान से, तीन का एक देते हैं, पांच के दो देते हैं। हम देसी अंडे लेने गए थे, हमने सीमा पकड़ लिया, उन्होंने परदेसी दे दी। उसने ना चाय पत्ती उबाल के रखी थी, वो अंडों को कलर कर देता था, बोलता था देसी अंडा है, पांच का एक देता था। हमने बोला नहीं नहीं हमको रेगुलर चाहिए। कभी इंडिया में देसी अंडा मत लेना, वो कलर होता है, चाय पत्ती का कलर कर देते हैं, उसको बोलते हैं देसी। तुम बोलते हो बच्चों को हुआ कि बच्चा तगड़ा नहीं हुआ, बच्चा क्या तगड़ा होगा, तो चाय पत्ती का कलर हुआ होता है। ये अंडा खाओ रेगुलर, देसी नहीं, देसी नहीं, इसको देसी को क्या बोलते हैं, ये परदेसी है, परदेसी अंडा खाओ, डबल चार भी, ये सिंगल है। डबल थोड़ा सा महंगा आता है, इसलिए लेके नहीं आई। महंगी चीजा खानिया बंद करो मेरा फिर। जब से लॉकडाउन हुआ है ना, अंडों की कीमत बढ़ गई भाई। पहला मैं बोला था बड़ा अच्छा किया, अंडे का कंटूपर बना दिया। I like his friend, bro. ये किसको समझ आए बताना, ये क्या बोला था कमेंट में। इसके साथ हल्का सा कोक लेना है, हल्का सा, रखा करो।
ਪੀ ਰਹੇ ਹੋ ਤਰੀਕ ਹੋ ਗਈ ਅੱਜ ਅਪ੍ਰੈਲ 20 ਜਿਹਨੂੰ ਕਹਿ ਦਿੰਦੇ ਨੇ 420 ਬਿਗੀ ਨੋ ਟਰਕਸ ਲੈਫਟ ਲੇਨ ਓਕੇ ਓਕੇ ਆਈ ਆਓ ਬੇਸ਼ੀ ਗਾਡ ਡੇਮ ਤੇ ਹੋਰ ਦੱਸੋ ਮੈਂ ਬਾਰ ਬਾਰ ਉਹੀ ਪੁੱਛੀ ਜਾਂਦਾ ਵੀ ਠੀਕ ਆ ਘਰ ਬਾਰ ਸਭ ਠੀਕ ਆ ਬਚੇ ਹੋਏ ਹੋ ਅਸੀਂ ਵੀ ਬਚੇ ਹੋਏ ਹਾਂ ਟਰੱਕਾਂ 'ਤੇ ਆ ਕੇ ਐਂ ਲੱਗਦਾ ਵੀ ਘਰ ਨਾਲੋਂ ਜ਼ਿਆਦਾ ਸੇਫ ਆ ਕਦੇ ਸਟੋਰ 'ਤੇ ਚਲੇ ਗਏ ਕਦੇ ਹਾਈਕਿੰਗ ਕਰਨ ਚਲੇ ਗਏ ਕਹਿੰਦੇ ਲੈਫਟ ਲੈਨ 'ਚ ਟਰੱਕ ਜਾ ਨਹੀਂ ਸਕਦੇ ਆਹ ਮੇਰਾ ਵੀਰ ਗਦੈਲੇ ਗਦੂਲੇ ਤੋਂ ਪੀ ਜਾਂਦਾ ਇਹ ਆ ਲੇਕ ਆਪਣੇ ਰਾਕਵਾਲ ਟੈਕਸਸ ਸਾਈਨ ਫੇਰ ਆ ਗਿਆ ਆ ਤੇਰੇ ਸਦਕੇ ਜਾਲਵਾਂ ਉਹ ਜਾਂਦਾ ਬੁਲਟ ਤੇ ਵੀ ਇੱਕ ਵਾਓ ਨਾਲ ਹੀ ਆਪਾਂ ਰਾਈਟ ਲੇਨ 'ਚ ਆਉਣਾ ਰਾਈਟ ਵੇ ਬਿਕੋਜ਼ ਲਾਅ ਇਜ਼ ਲਾਅ ਲੇਕਾਂ ਖਾਲੀ ਪਈਆਂ ਨਹੀਂ ਇੱਥੇ ਤਾਂ ਪੂਰਾ ਪੜਾਕਾ ਪੈਂਦਾ ਬਾਬੇ ਪੂਰਾ ਮਤਲਬ ਜਮਾ ਹੀ ਆਹ ਗੱਡੀ ਵਾਲੇ ਨੇ ਠੋਕਣਾ ਠੋਕਣਾ ਗੱਲ ਕੁਛ ਸੋ ਸਾਰੇ ਲੋਕਡਾਊਨ ਹੋਇਆ ਹੋਇਆ ਅਮਰੀਕਾ ਦੇ ਵਿੱਚ ਤਾਂ ਕਰਕੇ ਉਹ ਲੋਕਡਾਊਨ ਤਾਂ ਨਹੀਂ ਹੋਇਆ ਪਰ ਫਿਰ ਵੀ ਮਾੜਾ ਮੋਟਾ ਜਿਹੜਾ ਹੁੰਦਾ ਵਾ ਨਹੀਂ ਤਾਂ ਇੱਥੇ ਜੈਟ ਸਕੀਆਂ ਬੋਟਾਂ ਛੋਟਾਂ ਉਹ ਮਾਈ ਕੀ ਦੱਸਾਂ ਵੀ ਕੰਮ ਉਹ ਮਾਈ ਗੁੱਡ ਇਨਸ 24/7 ਹੁੰਦਾ ਮੇਰੇ ਮੇਰੇ 24/7 ਅਤੇ ਬਾਕੀ ਗਾਣਾ ਰਿਲੀਜ਼ ਕੀਤਾ ਜੀ ਤੁਸੀਂ ਸੁਣ ਹੀ ਲਿਆ ਹੋਣਾ ਕਹਿੰਦੇ ਵਧੀਆ ਲੱਗਿਆ ਧੰਨਵਾਦ ਧੰਨਵਾਦ ਸਾਰੇ ਵੀਰਾਂ ਆਓ ਉਹਦੇ ਦੇਖ ਇਹ ਡਰਦੇ ਆ ਕਿਤੇ ਬੋਟਾਂ ਦੱਬੀ ਫਿਰਦੇ ਨੇ ਆਰਾਮ ਨਾਲ ਫੀਲ ਕੈਨ ਸੀ ਬਟ ਰਾਈਟ ਦੇ ਰਾਈਟ ਗਾਡ ਡੈਮ ਹੀ ਕਰੀ ਜਾਂਦਾ ਵੀ ਵਿਹਲੇ ਵਿਚਾਰੇ ਹੋਰ ਕਰੀਏ ਕੀ ਹਾਰਨ ਮਾਰ ਤਾਂ ਨਹੀਂ ਸਕਦੇ ਤੁਸੀਂ ਕਹਿੰਦੇ ਹਾਰਨ ਮਾਰ ਕੇ ਵਿਖਾ ਦੇ ਸਵਾਦ ਲਓ ਜ਼ਿੰਦਗੀ ਸਵਾਦ ਹੀ ਹੈ ਇੱਥੇ ਪ੍ਰਦੇਸ਼ਾਂ 'ਚ ਉਹ ਕਹਿਣਾ ਭਾਈ ਸਵਾਦ ਲੈਂਦਾ ਲੈਂਦਾ ਤੂੰ ਟਾਈਟ ਨਾ ਲੈ ਉਹ ਨਹੀਂ 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 ਵੀਰੋ ਵੀਰੋ ਉਹ ਸਵਾਦ ਨਾ ਜਾਵੇ ਚਲੋ ਬਾਕੀ ਲੋੜ ਲਾਉਂਦੇ ਹਾਂ ਫਿਰ ਲੋੜ ਨੂੰ ਲਾ ਕੇ ਫਿਰ ਕਰਦੇ ਹਾਂ ਗੱਲਾਂ ਬਾਤਾਂ ਬਸ ਇਹੀ ਕੰਮ ਆ ਕਿੰਨੀ 20 ਤਰੀਕ ਹੋ ਗਈ ਅਤੇ 1 ਤਰੀਕ ਤੱਕ ਖੜਨਗੀਆਂ ਕਿਉਂਕਿ ਉਦੋਂ ਫਿਰ ਬਿੱਲ ਬੱਤੀਆਂ ਦੇਣੇ ਹੁੰਦੇ ਨਾ ਵਟ ਐਵਰ ਕੀ ਜ਼ਿੰਦਗੀ ਯਾਰਾਂ ਆਪਣੇ ਮਾਨ ਸਾਹਿਬ ਕਿੱਦਾਂ ਜੀ ਕੋਈ ਸੁਣਾ ਦੋ ਗਾਣਾ ਫਿਰ ਮਾਨ ਸਾਹਿਬ ਨਹੀਂ ਬੋਲਦੇ ਗੁੱਸੇ ਹੋਏ ਹੋਏ ਆ ਲੋਕਡਾਊਨ 'ਚ ਮਾਨ ਸਾਹਿਬ ਹੁਣ ਅੰਦਰ ਤਾਂ ਰਹਿਣਾ ਹੀ ਪੈਣਾ ਜੀ ਕੀ ਕੀਤਾ ਕਲਰ ਫੁਰ ਲਾਈਟਾਂ ਵਾਹ ਜੀ ਵਾਹ ਡਰਾਈਵਰ ਵਾਲੀ ਆਹ ਲਾਈਟਾਂ ਹੋ ਗਿਆ
ਕਾਲੀ ਰੋਟੀ ਹੁਣ ਇਹ ਦਾਲ ਮਕਾ ਉਹ ਜਦ ਗਰਮ ਕਾਦੋ ਕਰਾਈ ਨਹੀਂ ਓਏ ਪਰੇ ਨਾ ਅਸੀਂ ਸੀਸੀ ਭਰੀ ਲੈਣੀ ਆ ਫੁੱਲ ਹਾਂ ਸੈਨੇਟਾਈਜ਼ਰ ਸੈਨੇਟਾਈਜ਼ਰ ਵਾਲੀ ਆਹੋ ਮੇਰੇ ਕੋਲ ਗੈਲਨ ਪਾਣੀ ਦਿੱਤੀ ਜਾਂਦੀ ਹੈ ਗੈਲਨ ਕੂਲਣ ਨਹੀਂ ਪੁੱਤ 50-50 ਮਿੱਠਾ ਤਾਂ ਖਾਣਾ ਨਹੀਂ ਯਾਰ ਬਾਅਦ ਮਿੱਠਾ ਲੈ ਬਿਸਕੁਟ ਮਿੱਠਾ ਲੈ ਆ ਲੈ ਜਿੰਜਰ ਕੋੜ ਤੇਰੇ ਲਈ नकली चकी कर तेन शर्म शुर्म नहीं आई जो लिया तेन पा दे ਨੋ ਜੀ ਰੈਡੀ ਟੂ ਗੋ ਰਾਜ ਸੇ ਵਾਲਾ ਮਿਲ ਗਿਆ ਸੀ ਗੈਰੀ ਤੇਰੇ ਕੋ ਕੀ ਔਰੇਂਜ ਅੰਗੂਰ ਸਿਓ ਹੁੰਦਾ ਅੱਛ ਕੀ ਖਾਣਾ ਸੰਤਰੇ ਫਰੂਟ ਗੈਰੀ ਕੋ ਸੰਤਰੇ ਮਗਰ ਟ੍ਰੇਲਰ ਜੰਪ ਲੱਗੇ ਨੇ ਵੱਡੇ ਉਹ ਮਸਾਲੇ ਚਾਹੀਦੇ ਨੇ ਮਸਾਲੇ ਮੈਂ ਬੜੀ ਬੜੀ ਨੂੰ ਕਿਸੇ ਦਾ ਕਦੇ ਹੁਣ ਨਹੀਂ ਹੁੰਦਾ ਆਏ ਹਾਏ ਖਰਾਬ ਦਾ ਗਾਣਾ ਹੈ ਹਾਂ ਹਲੇ ਇੰਨਾ ਕੀ ਲੈ ਗਿਆ ਬਾਕੀ ਜੇ ਕੋਈ ਪ੍ਰਮੋਟ ਕਰੂਗਾ ਤਾਂ ਫਿਰ ਲੈ ਲਾਂਗੇ रख ला दूजा भी बना नहीं हम नाले कहना तुम आप सही है यार मिंट मार यार मेनू ना भुख लगी है क्यों नहीं बनती नॉन स्टिक पैन है मैं तो फिर दूए लोड कर लाना हूं हिला के बन दी गल नहीं क्यों क्यों मानदा मानदा ओए तेरे इश्क दा किरदा बड़ा प्याज गिर गया मैं चकाउना आहो मैं तुम दसदा ਮਹਿੰਗਾ ਬੱਜਿਆ ਕਰੂਗੀ ਕਿਹੜੀ ਜੈਲਦਾਰ ਦੀ ਬਈ ਅੱਜ ਦਾ ਸਾਨੂੰ ਕਿੱਥੇ ਆਪਣਾ ਸੈਨੇਟਾਈਜ਼ਰ ਵਾਲੀ ਬੋਤਲ ਨਹੀਂ ਲਿਆਉਣੀ ਉਹ ਖੂੰਡੇ 'ਚ ਪਈ ਹੈ ਅੱਜ ਤਾਂ ਸਾਨੂੰ ਕੋਹੀ ਨੂਰ ਲੱਭ ਗਿਆ ਇਹ ਕੁਛ ਜੈੱਡ ਸਕਿਉਰਿਟੀ ਚਾਹੀਦੀ ਸੀ ਆਹ ਚੀਜ਼ਾਂ ਅੱਜ ਕੱਲ੍ਹ ਬਈਆ ਰੈਕ ਮੈਂ ਘਰ ਲਈ ਚੱਕਿਆ ਸੀਗਾ ਮੇਰਾ ਕਾਰਡ ਦੇ ਇਹਨਾਂ ਨੇ ਡਿਸਕਵਰ ਮੈਂ ਫਿਰ ਚੋਰੀ ਦਾ ਕੇਸ ਪਾ ਦੂੰਗਾ ਇੱਕ ਹੀ ਲਾਊਡ ਆ ਮੈਂ ਜਾ ਕੇ ਕੰਪਲੇਨ ਕਰ ਆਉਣੀ ਆ ਮੈਂ ਵੀ ਕਰ ਦੂੰਗਾ ਨਾ ਮੇਰੇ ਮੂੰਹ बच्चे करना प्यार नाल बस वाओ थोड़ा तेल ज्यादा पै गया थोड़ा घट पाना जिन्ना वध गया ट्रैश कर दो बाकी जिन्ना ब्रेड आना खा लो सॉस तो नहीं हैगी सॉस हैगी लो जी इस नाल इस तरह तुहाडा अंडा रेडी हो जाता है सभी यात्रियों नूं बेनती की जाती है चल यार चक ला जा जे बनाउणे आ तू आप खेडाइयां करन लग गया ना तू तां बणदा वड्डा तू जो गोल्डन राम से ठीक है ना मुड़ के ਹੁਣ ਮੈਂ ਗਾਲ ਕੱਢੀ ਆ ਤੈਨੂੰ ਹੁਣ ਮੈਂ ਗਾਲ ਕੱਢੀ ਹੈ ਉਹ ਕਹਿੰਦੇ ਨਿਕਲ ਗਈ ਤੇ ਨਿਕਲ ਗਈ ਫਿਰ ਹੁਣ
ਜੇ ਮੈਂ ਰਾਤ ਗੱਲ ਸੁਣਾਉਂਦਾ ਹੀ ਕਹਿੰਦਾ ਜੇ ਜਵਾਕ ਨੇ ਨਹੀਂ ਜੇ ਜਵਾਕ ਨੇ ਗਾਲ ਕੱਢ ਵੀ ਦਿੱਤੀ ਤੇਰੀ ਮੰਮੀ ਘਰੇ ਸਾਡੇ ਲਾਂਬਾ ਲੈ ਕੇ ਤੀਰਥ ਕਾਲਾ ਸਿਖਾਉਂਦਾ ਮਨੀ ਹੁੰਦੀ ਨਿਰਾ ਲਵੀ ਨਹੀਂ ਗੱਲ ਕਹਿੰਦੀ ਜਦੋਂ ਮੰਡੀ ਕੁੱਟੇ ਸੀਗੇ ਗਊਸ਼ਾਲਾ ਕਹਿੰਦੀ ਜੇ ਜਵਾਕ ਨੇ ਗਾਲ ਕੱਢਤੀ ਤੇ ਜਵਾਕ ਨੇ ਪਹਿਲਾਂ ਮੈਨੂੰ ਗਾਲ ਕੱਢੀ ਜਿਹੜੀ ਗਾਲ ਕਾਂ ਉਹਦੀ ਬੁੜੀ ਨੇ ਕੱਢੀ ਫੂਕਤਾ ਜਦ ਖੇਡਾਂ ਹੀ ਕਰੀ ਜਾਂਦਾ ਉਦੋਂ ਲੱਗਿਆ ਰਹਿਣਾ ਚੱਕ ਭਾਬੀ ਦੀ ਕਾਲ ਹੈ ਬੰਦ ਕਰਦਾ ਕੈਮਰਾ ਹਲਦੀ ਵਾਲਾ ਦੁੱਧ ਦੇ ਰਹਿੰਦੀ ਕਿਤੇ ਨਾਲ ਇਹ ਹੁੰਦਾ ਪਿਆਰ ਸਿੱਖ ਲੋ ਸਾਲਿਓ ਕੋ ਤੈਨੂੰ ਪਤਾ ਰਾਤ ਦਾ ਡੇਢ ਵਜਿਆ ਹੁੰਦਾ ਫਿਰ ਉੜਦੀ ਆ ਬੂੰਦੀ ਜਦ ਅਮਰਜੋਤ ਕਹਿੰਦੀ ਆ ਮੈਂ ਤਲਵਾਰ ਹਾਂ ਕਲਗੀ ਧਰਦੀ ਤੇ ਚਮਕੀਲਾ ਵਜਾਉਂਦਾ ਤੂੰਬੀ ਮੇਰੇ ਕੋਲ ਅਸਲੀ ਆ ਲਓ ਜੀ ਵੀਰਿਓ ਇਹ ਹੈਗੀ ਆ ਟੈਨਸੀ ਕੰਮ ਹੋਇਆ ਪਿਆ ਬਿਊਟੀਫੁਲ ਕਿੰਨਾ ਗਰੀ ਦੁਨੀਆਂ ਰੰਗੀਨ ਹੈ ਯਾਰ ਹੁਣੇ ਹਸੀਨ ਹੈ ਵਾਓ ਪਟਿਆ ਬਿਊਟੀ ਫੁੱਲ ਡੇ ਸੋਹਣਿਆ ਮੈਂ ਕਿਹਾ ਬੱਜਿਆ ਕਰੂਗੀ ਕਿਹੜੀ ਚੈਲਦਾਰ ਦੀ ਸਲੋ ਚੱਲ ਰਹੇ ਕਿਉਂਕਿ ਔਜਲੇ ਦੀ ਰਹਿੰਦੀ ਆ ਹਾ ਵੇਟ ਸੋਹਣਿਆ ਤੁਰਨ ਲੱਗਿਆ ਹੋ ਗਿਆ ਵਾ ਲੇਟ ਸੋਹਣਿਆ ਸੋ ਜਿਵੇਂ ਜਿਹੜੀ ਗੱਲ ਮੈਂ ਅੱਜ ਕਹਿਣੀ ਆ ਕਹਿਣੀ ਤਾਂ ਕਾਹਦੀ ਆ ਸੁਣਾਉਣੀ ਆ ਮਜ਼ਾਕ ਕਰਦਾ ਯਾਰ ਵਿਹਲੇ ਬੈਠਿਆ ਕਰੀਏ ਐਸਾ ਦੇਖ ਰਹੀ ਹਜੇ ਤਾਂ ਇੱਥੇ ਆਹ ਹਾਰਨ ਮਾਰਦਾ ਵੀ ਬੜਾ ਸਵਾਦ ਆਉਣਾ ਕਿਹੜੀ ਚਾਰ ਨੰਬਰ ਵਾਲੀ
ਖਿੱਚ ਕੋ ਗਈ ਖਿੱਚਾ ਦੇਖੋ ਲੱਗਦੀਆਂ ਜਿਮਾਂ ਵੀਰੇ ਉਹ ਲੱਗਦੀਆਂ ਜਿਮਾਂ ਲੱਗਦੀਆਂ ਜਿਮਾਂ ਕਈ ਵਾਰ ਕਲਾ ਤੇ ਸ਼ੇਰਾਂ ਨੇ ਕਹਿੰਦੇ ਦੇਖੀ ਜਾਊ ਮੈਂ ਕਿਹਾ ਫਿਰ ਦੇਖੀ ਜਾਊ ਤਾਂ ਫਿਰ ਦੇਖੀ ਜਾਊ ਇੰਨਾ ਕੁ ਟਾਈਮ ਲੱਗੂਗਾ ਹੁਣ ਕਈ ਕਹਿੰਦੇ ਟਾਈਮ ਲੱਗੂਗਾ हाँ कमा के कमा के जी खच को गई खच जमा लाइनिया सौखिया 50 डिग्री टेंपरेचर बाहर ठंड लगती है मेनू ठंड लगती है जिन्होंने पिंडों में कहते हैं पाला बलिया चक दो लो जी वीरियो अपन जर्सी पहुंच गए इथों दोबारा अपन रेडी टू गो मैनू लगता जड़ा चेदगी तेरे यार दे करो ना सोनिए लै लिया घुमा के समझा तो है नहीं वैसे ਗਲਾਸ ਪਾਲਾ ਗਲਾਸ ਗਲਾਸ ਹੀ ਲੈ ਗਿਆ ਉਹ ਜੱਟ ਕੌਣ ਓਏ ਬ੍ਰੈਂਡ ਨਿਊ ਵਾਓ ਇਹ ਕਿੱਥੋਂ ਲੈ ਭਾਜੀ ਇਹ ਭਰਾ ਦੇ ਗਿਆ ਇੱਕ ਗਰੀਸ ਦੇ ਟੈਨਸ਼ਨ ਆ ਕਹਿੰਦਾ ਗਰੀਸ ਨਾ ਲੈ ਜੇ ਫਿਰ ਪੂਰੀ ਤੋਂ ਟ੍ਰੇਲਰ ਉੱਤੇ ਚੱਕਣਾ ਏਅਰ ਬੈਗ ਸੜਦਾ ਸੀ ਜਾਂ ਨਹੀਂ ਹੋ ਮੈਨੂੰ ਲੱਗਦਾ ਇਹ ਹੈ ਬਸ ਤਾਂ ਨਹੀਂ ਪਿਆ ਉਹਦੇ ਜੀ ਮੈਨੂੰ ਨਹੀਂ ਪਤਾ ਹੋ ਲਾ ਹਾ ਮੈਂ ਕੰਮ ਕਰਦਾ ਫੇਰ ਇਹ ਨਾਲ ਨਾਲ ਥੋੜੀ ਜਾਣੀ ਆ ਹੈ ਓਏ ਹੋਏ ਇੱਕ ਜੋੜਾ ਤਾਂ ਦੇ ਦੇ ਦੇਖ ਆ ਕੋਈ ਨਹੀਂ ਸਾਨੂੰ ਵੀ ਵੀਰ ਭਰਾ ਕੋਈ ਟੱਕਰੂਗਾ ਦੇ ਜੂ ਕੋਈ ਕਮੈਂਟ ਮਾਰੇ ਮੇਰਾ ਭਰਾ ਡੀਜੇ ਇੱਕ ਆਸਟਨ ਤੋਂ ਇਹ ਸਾਰੀ ਰਾਜਨੀਤੀ ਆ ਜੀ ਇਹ ਦੇਖ ਲੱਗਦਾ ਜ਼ੋਰ ਦੇਖ ਲੱਗਦਾ ਜ਼ੋਰ ਦੇਖ ਤੇਰੀ ਸਦਕੇ ਵਾਹ ਲਾ
ਜੋਰ ਲਾ ਇਹਨਾਂ ਦੀ ਪਹਿਲਾਂ ਗੰਨੇ ਦੇ ਰਸ ਵਾਲੀ ਰੇਹੜੀ ਹੁੰਦੀ ਸੀ ਕਿਹਦੀ ਹੁੰਦੀ ਸੀ ਉਹ ਹੈ ਦਾਦੇ ਦੀ ਨਹੀਂ ਹਾਂ ਤੇਰੇ ਦਾਦੇ ਦੀ ਆਦਾ ਗੁੱਸਾ ਕੀਤਾ ਹੈ ਤਾਂ ਗੁੱਸਾ ਬਟ ਆ ਬਿਊਟੀਫੁਲ ਵੈਦਰ ਇਨ ਨਿਊ ਜਰਸੀ ਚੱਕ 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 ਹਜੇ ਦਿਖਾ ਜੋਰ ਚੱਕਿਆ ਜਾਂਦਾ ਤਾਂ ਲੱਗਦਾ ਨਹੀਂ ਉੱਥੇ ਕਿ ਜੇ ਖੜੀ ਹੈ ਗੱਲ ਕਮਾ ਹੋਰ ਹੋਜੂ ਚੱਕ ਤਾਂ ਸਹੀ ਹੋਰ ਧੱਕੇ ਨਾਲ ਹੀ ਚੁਕਾਈ ਜਾਣਾ ਪਰ ਥੋੜ੍ਹਾ ਜਿਹਾ ਹੋਰ ਚੁਕਾਉਣਾ ਹੋਰ ਚੱਕ ਥੋੜ੍ਹਾ ਜਿਹਾ ਹੋਰ ਚੱਕ ਦੇ ਬਸ ਚੱਕ ਦੇ ਉਹ ਫਿਰ ਉਹੀ ਗੱਲ ਆ ਫਿਰ ਹੋ ਜਾਣੀਆਂ ਭੈਣ ਜਾ ਭੱਜ ਇੱਕ ਵਾਰ ਹੁਣ ਚੰਗੀ ਤਰ੍ਹਾਂ ਲੱਗਿਆ ਨਹੀਂ ਫਿਰ ਉਹਨੇ ਲੈ ਜਾਣਾ ਲੈ ਮਾੜਾ ਜਿਹਾ ਫਰਕ ਆ ਮਾੜਾ ਜਿਹਾ ਜੇ ਕਿਤੇ ਚੱਕ ਦੇਵੇ ਲਾ ਜੋਰ ਸਾਰੇ ਜਿੰਮ ਲਾਉਣ ਨੂੰ ਤਾਂ ਮੂਹਰੇ ਹੋ ਜਾਂਦੇ ਹੋ ਆ ਕੰਮਾਂ ਬਸ ਬਸ ਵਾਧੂ ਐਤਕੀ ਜੜਾਂ 'ਚ ਬਹਿ ਗਿਆ ਕਰੋਨਾ ਕਿ ਨਹੀਂ ਸਹੀ ਗੱਲ ਆ ਕਿ ਨਹੀਂ ਇੱਕ ਟੂਲ ਬਾਕਸ ਬਹੁਤ ਸ਼ਿੰਗਾਰ ਕੇ ਰੱਖਦਾ ਆਹ ਲੁਕੋ ਕੇ ਰੱਖਦੇ ਨੇ ਬੱਬੂ ਮਾਨ ਦਾ ਵਾਓ ਚੱਲ ਚੱਕਦੇ ਆਹ ਯਾਰ ਬੈਗ ਚੱਕਦਾ ਗੋਡਿਆ ਜਾਣ ਦੇ ਪਿਆ ਨਹੀਂ ਗਾਹ ਕਰ ਤਾਂ ਹੁਣ ਜਾਣ ਦੇ ਬਸ ਗੋਡਿਆ ਗੋਡਿਆ ਬਸ ਆ ਜਾ ਕੱਲ੍ਹ ਮੈਂ ਚੱਲਾਂ ਫਿਰ ਲਓ ਜੀ ਇਹਨੂੰ ਤੋਰਨਾ ਪੈਣਾ ਸੀ ਕਿਉਂਕਿ ਲੋਡ ਇੱਕੋ ਹੀ ਸੀ ਸਾਡੇ ਕੋਲ ਸੋ ਆਪਾਂ ਤਰ੍ਹਾਂ ਇਹ ਮੰਨਿਆ ਨਾ ਜਿਹਨੂੰ ਸਪੈਨਿਸ਼ 'ਚ ਕਹਿੰਦੇ ਹੁੰਦੇ ਨੇ ਕੱਲ੍ਹ ਨੂੰ ਮੇਰੇ ਵੀਰੋ ਕੱਲ੍ਹ ਨੂੰ ਤੁਰਾਂਗੇ ਆਪਾਂ